ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਨਵੰਬਰ ਇਨਟੇਕ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਵੀਜ਼ਾ ਸਕਸੈਸ ਰੇਟ ਦੀ ਆਪਾਂ ਗੱਲ ਕਰੀਏ ਬਹੁਤ ਚੰਗੀ ਰੇਸ਼ੋ ਦੇ ਵਿੱਚ ਵੀਜ਼ਾ ਵੀ ਲੱਗ ਕੇ ਆ ਰਹੇ ਨੇ ਸੋ ਨਵੰਬਰ ਇਨਟੇਕ ਲਈ ਜਿਹੜੇ ਵੀ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਤਾਂ ਇਹ ਬੜੀ ਵੀਡੀਓ ਤੁਹਾਡੇ ਲਈ ਖਾਸ ਰਹਿਣ ਵਾਲੀ ਹੈ ਤਾਂ ਕਿ ਹਰ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਜੋ ਹੈ ਅਪਣਾਉਂਦੇ ਹੋਏ ਅੱਗੇ ਵਧੋ ਸਹੀ ਤਰੀਕੇ ਨਾਲ ਤੁਸੀਂ ਅਪਲਾਈ ਕਰੋ ਔਰ ਪੂਰੇ ਫਾਰਮੈਟ ਨੂੰ ਜ਼ਰੂਰ ਸਮਝੋ ਤਾਂ ਕਿ ਜਿਹੜਾ ਅੱਜ ਕੱਲ ਬੱਚਿਆਂ ਦੇ ਵਿੱਚ ਸਟੂਡੈਂਟਸ ਦੇ ਵਿੱਚ ਬੜਾ ਦੇਖਿਆ ਜਾਂਦਾ ਕਿ ਗਲਤੀ ਸਾਡੇ ਤੋਂ ਨਾ ਹੋ ਜਾਏ ਸਹੀ ਆਪਸ਼ਨ ਕੋਰਸ ਨੂੰ ਲੈ ਕੇ ਕਾਲਜ ਨੂੰ ਲੈ ਕੇ ਯੂਨੀਵਰਸਿਟੀ ਕੁਸਟ ਨੂੰ ਲੈ ਕੇ ਸਾਨੂੰ ਪਤਾ ਹੋਵੇ ਤੇ ਅੱਜ ਦੀ ਵੀਡੀਓ ਉਹਨਾਂ ਸਾਰੇ ਸਟੂਡੈਂਟਸ ਲਈ ਹੀ ਹੈ ਜੋ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਨਵੰਬਰ ਇਨਟੇਕ ਵਿੱਚ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾਫਤੀ ਕਰ ਜੀ ਸ਼੍ਰੀ ਗਾਂਜ ਸੋ ਨੈਵੀਗੇਟਰਸ ਓਵਰਸੀਜ਼ ਜੋ ਕਿ 28 ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡੈਂਸ ਦਿੰਦੇ ਆ ਰਹੇ ਨੇ 18 ਸਟੂਡੈਂਟਸ ਨੇ ਜੋ ਹੈ ਮੈਮ ਦੀ ਗਾਈਡੈਂਸ ਦੇ ਨਾਲ ਆਪਣਾ ਫਿਊਚਰ ਬ੍ਰਾਈਟ ਕੀਤਾ ਹੈ ਅੱਜ ਦੀ ਵੀਡੀਓ ਖਾਸ ਤੌਰ ਤੇ ਮੈਮ ਨਵੰਬਰ ਇਨਟੇਕ ਤੇ ਫੋਕਸ ਕਰ ਰਹੀ ਆ ਪਹਿਲਾਂ ਤਾਂ ਜ਼ਰੂਰ ਜਿਹੜੇ ਹੁਣ ਵੀਜ਼ਾ ਲੱਗ ਕੇ ਆ ਰਹੇ ਨੇ ਉਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਕਿਸ ਤਰ੍ਹਾਂ ਦਾ ਸਕਸੈਸ ਰੇਟ ਆਪਾਂ ਨੈਵੀਗੇਟਰਸ ਓਵਰਸੀਜ਼ ਆ ਦੇਖ ਰਹੇ ਹਾਂ ਜਿਨ੍ਹਾਂ ਸਟੂਡੈਂਟਸ ਦੀ ਤੁਸੀਂ ਫਾਈਲ ਤੇ ਕੰਮ ਕੀਤਾ ਸੀ ਫਾਈਲਸ ਲਗਾਈਆਂ ਸੀ ਵੀਜ਼ੇ ਆ ਰਹੇ ਨੇ ਹਰਜੋਤ ਦੇਖੋ ਹਰ ਕਿਸਮ ਦੇ ਵੀਜ਼ੇ ਆਏ ਆ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਯੂਨੀਵਰਸਿਟੀ ਜਿਨ੍ਹਾਂ ਦੇ ਵੀਜ਼ੇ ਆਏ ਆ ਠੀਕ ਹੈ ਸੈਕੰਡ ਦੈਨ ਜਿਹੜੇ ਪ੍ਰਾਈਵੇਟ ਕਾਲਜ ਆ ਸਮਝੋ ਬੱਚੇ ਦੀ ਐਡਮਿਸ਼ਨ ਯੂਨੀਵਰਸਿਟੀ ਚ ਨਹੀਂ ਹੋਈ ਜਾਂ ਜੀਟੀ ਰਿਜੈਕਟ ਹੋ ਗਈ ਫਿਰ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ ਹੁੰਦਾ ਫਿਰ ਅਸੀਂ ਪ੍ਰਾਈਵੇਟ ਕਾਲਜ ਚ ਜਾ ਸੀਓਈ ਮੇਲੇ ਕਿਉਂਕਿ ਪ੍ਰਾਈਵੇਟ ਕਾਲਜ ਵੀ ਬੜੀ ਈਜ਼ੀਲੀ ਨਹੀਂ ਦਿੰਦੇ ਉਹ ਵੀ ਬੜਾ ਨੀਟ ਐਂਡ ਕਲੀਨ ਪ੍ਰੋਫਾਈਲ ਲੈਂਦੇ ਆ ਬਟ ਯੂਨੀਵਰਸਿਟੀ ਤੋਂ ਥੋੜਾ ਜਾ ਕਿਧਰੇ ਆਪਾਂ ਨੂੰ ਲੱਗਦਾ ਹੈ ਕਿ ਮਿਲ ਜਾਏਗੀ ਰਾਈਟ ਤੇ ਉਹ ਫਿਰ ਬੱਚੇ ਜਿਹੜੇ ਆ ਕੁਛ ਅਡਜਸਟ ਕਰਤੇ ਗਏ ਸੀਗੇ ਪ੍ਰਾਈਵੇਟ ਕਾਲਜ ਉਹਨਾਂ ਦੇ ਵੀ ਵੀਜ਼ੇ ਮੰਡ ਚ ਆ ਗਏ इवन ਸਾਨੂੰ ਪਤਾ ਵੀ ਨਹੀਂ ਚੱਲਿਆ ਕਿੰਨੇ इजीली ਆ ਗਏ ਉਹਦੇ ਬਾਅਦ ਤੁਸੀਂ ਗੱਲ ਕਰੋ ਡਿਪਲੋਮਾ ਜਿਹਦੇ ਵਿੱਚ ਵੀਜ਼ਾ ਦੇ ਚਾਂਸਸ ਨਹੀਂ ਹੁੰਦੇ ਖਾਲੀ ਡਿਪਲੋਮਾ ਡਿਪਲੋਮਾ ਐਂਡ ਐਡਵਾਂਸ ਡਿਪਲੋਮਾ ਉਹਨਾਂ ਦੇ ਵੀ ਵੀਜ਼ੇ ਮੰਡ ਚ ਆਇਆ ਜੀ ਕੱਲ ਸਾਡਾ ਇੱਕ ਲੈਵਲ 1 ਯੂਨੀਵਰਸਿਟੀ ਦਾ ਆਟੋ ਗ੍ਰਾਂਟ ਆਟੋ ਗ੍ਰਾਂਟ ਦਾ ਮਤਲਬ ਕੀ ਜਿੱਦਾਂ ਹੀ ਅਸੀਂ ਫਾਈਲ ਜਿਹੜੀ ਆ ਪੰਚ ਕੀਤੀ ਹੈ ਮੀਨ ਸਬਮਿਟ ਕੀਤੀ ਹੈ ਉਹਦੇ ਨਾਲ ਹੀ ਰਿਟਰਨ ਚ ਵੀਜ਼ਾ ਜਿਹੜੀ ਮੇਲ ਆndi ਕਿ ਤੁਹਾਡੀ ਫਾਈਲ ਸਬਮਿਟ ਹੋ ਗਈ ਉਹਦੀ ਜਗ੍ਹਾ ਸਾਡੇ ਕੋਲ ਵੀਜ਼ਾ ਤੇ ਇੰਨਾ ਵਧੀਆ ਚੱਲ ਰਿਹਾ ਇਸ ਟਾਈਮ ਤੇ ਜਿਹੜੇ ਵੀ ਬੱਚੇ ਨਿਰਾਸ਼ ਹੋ ਚੁੱਕੇ ਸੀ ਕਿ ਆਸਟ੍ਰੇਲੀਆ ਵੀਜ਼ਾ ਨਹੀਂ ਦੇਗਾ ਵੀਜ਼ਾ ਬਹੁਤ ਵਧੀਆ ਆ ਰਿਹਾ ਖਾਲੀ ਕੋਈ ਚੈਲੰਜ ਐਸ ਟਾਈਮ ਸਾਡੇ ਕੋਲ ਕਿ ਯੂਨੀਵਰਸਿਟੀਆਂ ਤੋਂ ਐਕਸੈਪਟ ਕਰਾਉਣਾ ਸੀਓਈ ਲੈਣੀ ਉਹ ਸਭ ਤੋਂ ਵੱਡਾ ਚੈਲੰਜ ਐ ਵੀਜ਼ਿਆਂ 'ਚ ਕੋਈ ੱਡੀ ਵੱਡੀ ਪ੍ਰੋਬਲਮ ਨਹੀਂ ਜੀ ਜੀ ਠੀਕ ਹੈ ਮੈਮ ਤੇ ਮੈਮ ਜਿਹੜੇ ਆਪਾਂ ਨਵੰਬਰ ਇਨਟੇਕ ਦੀ ਹੁਣ ਗੱਲ ਕਰ ਰਹੇ ਹਾਂ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਜਿਹੜੇ ਹਲੇ ਵੈਸੇ ਕਦੋਂ ਤੱਕ ਕਿਵੇਂ ਸਟੂਡੈਂਟ ਫਟਾਫਟ ਕਿਹੜੇ ਕਿਹੜੇ ਡਾਕੂਮੈਂਟ ਦੀ ਤਿਆਰੀ ਦੇ ਨਾਲ ਤੁਹਾਡੇ ਕੋਲ ਪਹੁੰਚ ਜਾਣੀ ਅਪਲਾਈ ਕਰਨਾ ਚਾਹੁੰਦੇ ਨੇ ਸਹੀ ਟਾਈਮ ਨਾਲ ਅਪਲਾਈ ਕਰ ਸਕਦੇ ਨੇ ਕਿਹੜੀਆਂ ਗਲਤੀਆਂ ਕਿਹੜੇ ਡਾਕੂਮੈਂਟ ਦੀ ਅਣਦੇਖੀ ਬਿਲਕੁਲ ਨਾ ਕਰਨ ਦੇਖੋ ਜਿਹੜੇ ਵੀ ਸਟੂਡੈਂਟਸ ਹੈ ਜਿਨ੍ਹਾਂ ਦਾ ਵੀਜ਼ਾ ਆਇਆ ਹੈ ਪੀਟੀ ਚ ਜਾਂ ਤਾਂ 57 ਜਾਂ 62 ਜਾਂ ਪਰਸੈਂਟੇਜ ਇੰਨੀ ਵਧੀਆ ਨਹੀਂ ਸੀਗੀ ਓਵਰ ਆਲ 57% ਆਰਟਸ ਦੇ ਬੱਚੇ ਆਏ ਆ ਨਾਨ ਮੈਡੀਕਲ ਦੇ ਇਦਾਂ ਦੇ ਸੀਗੇ ਜ਼ਿਆਦਾਤਰ ਬੱਚਿਆਂ ਦੀ ਫੀਸ 1 ਇਅਰ ਦੀ ਪੇ ਹੋਈ ਹੋਈ ਸੀਗੀ ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਜਿਹੜਾ ਹੁਣ ਆਟੋ ਗ੍ਰਾਂਟ ਆਇਆ ਉਹਦੀ 6 ਮਹੀਨੇ ਦੀ ਫੀਸ ਸੀ ਗਈ ਸੀਗੀ ਤੇ ਜ਼ਿਆਦਾਤਰ ਬੱਚਿਆਂ ਦਾ ਜਿਹੜਾ ਸੇ ਰੁਝਾਨ ਦੇਖਿਆ ਸਾਲ ਦੀ ਫੀਸ ਗਈ ਸੀ ਹੁਣ ਡਾਕੂਮੈਂਟਸ ਕੀ ਹੁੰਦਾ ਕਿ ਜੇ ਬੱਚੇ ਨੇ ਪਲੱਸ 2 ਪੇਸ ਤੇ ਗ੍ਰੈਜੂਏਸ਼ਨ ਵਾਸਤੇ ਜਾਣਾ ਜਾਂ ਪੋਸਟ ਗ੍ਰੈਜੂਏਸ਼ਨ ਵਾਸਤੇ ਜਾਣਾ ਤੇ ਉਹਦੀ ਜੋ ਵੀ ਲਾਸਟ ਕੁਆਲੀਫਿਕੇਸ਼ਨ ਕੰਪਲੀਟ ਕੁਆਲੀਫਿਕੇਸ਼ਨ 10th ਅਨਵਰਡ ਜਿੰਨੀ ਹੈ ਉਹ ਲੈ ਕੇ ਆਣ ਉਹਨਾਂ ਦਾ ਪਾਸਪੋਰਟ ਸਬਮਿਸ਼ਨ ਵਾਸਤੇ ਚਾਹੀਦਾ ਹੁੰਦਾ ਹੈ ਉਹਨਾਂ ਦਾ ਆਇਲਸ ਪੀਟੀ ਸਕੋਰ ਵਾਟੇਵਰ ਦੇ ਹੈਵ ਡਨ ਇਹ ਸਾਰੇ ਡਾਕੂਮੈਂਟ ਸਾਨੂੰ ਚਾਹੀਦੇ ਹੁੰਦੇ ਆ ਉਹਦੇ ਬਾਅਦ ਸਟੇਟਮੈਂਟ ਆਫ ਪਰਪਸ ਜਿਹੜਾ ਕਿ ਹੁਣ ਉਹ ਖਤਮ ਹੋ ਗਿਆ ਜਿੰਨੂੰ ਕਿਹਾ ਜਾ ਰਿਹਾ ਬਟ ਉਹ ਜੀਐਸ ਦੇ ਕੋਸ਼ਚ ਉਹੀ ਹੈ ਜਿਹੜਾ ਜੀਐਸਟੀ ਜਿੰਨੂੰ ਕਿਹਾ ਜਾ ਰਿਹਾ ਹੁਣ ਤੇ ਜਿਹੜਾ ਜਨਰਲ ਸਟੂਡੈਂਟ ਰਿਕੁਆਇਰਮੈਂਟ ਜਿਹੜੀ ਹੋ ਗਈ ਹੁਣ ਉਹ ਹੈ ਜਿਹਨੂੰ ਪਹਿਲੇ ਜੀਟੀ ਕਹਿੰਦੇ ਸੀਗੇ ਤੇ ਕੁਐਸਚਨ ਉਹੀ ਪੰਜ ਕੁਐਸਚਨ ਹੈ ਜਿਹੜੇ ਐਸਓਪੀ ਵਿੱਚ ਲਿਖਦੇ ਸੀ ਐਸਓਪੀ ਵਿੱਚ ਬੱਚਾ ਕੁਝ ਐਕਸਟਰਾ ਲਿਖਦਾ ਹੁੰਦਾ ਸੀ ਪਰ ਇਹਦੇ ਵਿੱਚ ਵੀ ਇਹੀ ਕੁਐਸਚਨ ਹੈ ਉਹ ਪੰਜ ਕੁਐਸਚਨ ਦੇ ਬੱਚੇ ਨੂੰ ਅਸੀਂ ਤਿਆਰੀ ਜ਼ਰੂਰ ਕਰਾਉਣੀ ਹੈ ਅਸੀਂ ਸਾਡੀ ਟੀਮ ਉਹਨਾਂ ਦੀ ਹੈਲਪ ਕਰ ਸਕਦੀ ਹੈ ਹਰ ਚੀਜ਼ ਪਰ ਰਿਸਰਚ ਉਹਨਾਂ ਨੂੰ ਆਪ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਤਰ੍ਹਾਂ ਦੇ ਉਹਨਾਂ ਨੂੰ ਪ੍ਰੋਬਲਮ ਅੱਗੇ ਨਹੀਂ ਆਣੀ ਚਾਹੀਦੀ ਤਿਆਰੀ ਦੇ ਵਿੱਚ ਫਾਈਨੈਂਸ਼ੀਅਲ ਡਾਕੂਮੈਂਟਸ ਬੱਚਾ ਅਕੈਡੈਮਿਕ ਆਪਣੇ ਲੈ ਕੇ ਆ ਗਿਆ ਲੇਕਿਨ ਪੇਰੈਂਟਸ ਦੇ ਅਗਰ ਫਾਈਨੈਂਸ਼ੀਅਲ ਡਾਕੂਮੈਂਟਸ ਬਹੁਤ ਹੋਣੇ ਨਹੀਂ ਹੈ ਫਿਰ ਵੀ ਇੱਕ ਅਲੱਗ ਚੈਲੰਜ ਹੁੰਦਾ ਹੈ ਕਿਉਂਕਿ ਆਸਟ੍ਰੇਲੀਆ ਦਾ ਕੰਮ ਕਰਨਾ ਕੋਈ ਸੌਖਾ ਨਹੀਂ ਹੈ ਆਸਟ੍ਰੇਲੀਆ ਦਾ ਕੰਮ ਕਰਨਾ ਅਕੈਡੈਮਿਕ ਬੱਚਾ ਲਿਆ ਸਕਦਾ ਬਟ ਉਹਨਾਂ ਦੇ ਪੇਰੈਂਟਸ ਦੀ ਤਿਆਰੀ ਉਹਨਾਂ ਦੀ ਇਨਕਮ ਟੈਕਸ ਰਿਟਰਨ ਨਾ ਚਾਹੀਦੀ ਹੁੰਦੀ ਹੈ ਇਨਕਮ ਟੈਕਸ ਰਿਟਰਨ ਨਾ ਵੀ ਇਹ ਨਹੀਂ ਕਿ ਇਕੱਠੀ ਤੁਸੀਂ 2 ਸਾਲ ਦੀ ਇਕੱਟੀਆਂ ਭਰਤੀਆਂ ਉਹ ਵੀ ਐਕਸੈਪਟ ਨਹੀਂ ਹੁੰਦੀਆਂ 3-4 ਮਹੀਨੇ ਦਾ ਐਟ ਲੀਸਟ ਗੈਪ ਹੋਏ ਜਿਹੜਾ ਐਂਡ ਤੁਸੀਂ ਜਿਹੜਾ ਆਪਣਾ ਬਿਜ਼ਨਸ ਕਰ ਰਹੇ ਹੋ ਤਾਂ ਬਿਜ਼ਨਸ ਦੇ ਪ੍ਰੂਫ ਚਾਹੀਦੇ ਆ ਔਰ ਉਹਦੇ ਇਲਾਵਾ ਜੋ ਤੁਹਾਨੂੰ ਚਾਹੀਦਾ ਫਾਈਨੈਂਸ਼ੀਅਲ ਤੁਹਾਡੇ 3 ਮੰਥਸ 올ਡ ਕਈ ਯੂਨੀਵਰਸਿਟੀਆਂ ਇਵਨ ਉਹਨਾਂ ਦੇ ਪ੍ਰੂਫ ਵੀ ਮੰਗਦੀਆਂ ਜੇ ਤੁਸੀਂ ਲੈਂਡ ਸੇਲ ਕੀਤੇ ਆ ਕੋਈ ਸ਼ੇਅਰ ਸੇਲ ਕੀਤੇ ਆ ਕਿਸੇ ਕਿਸਮ ਤੋਂ ਕੋਈ ਵੀ ਪੈਸਾ ਹੈ ਉਹਨਾਂ ਦੇ ਪ੍ਰੂਫ ਵੀ ਸਾਨੂੰ ਚਾਹੀਦੇ ਹੁੰਦੇ ਆ ਮੈਂ ਇਹ ਹੀ ਚੀਜ਼ਾਂ ਚਾਹੀਦੀ ਹੁੰਦੀਆਂ ਬਟ ਹਰ ਸਟੂਡੈਂਟ ਇਹ ਜਿਹੜੇ ਪਿੱਛੇ ਰਿਜ਼ਲਟ ਆਇਆ ਹੈ ਉਹਨਾਂ ਨੂੰ ਦੇਖ ਕੇ ਅਸੀਂ ਇੰਨੇ ਆ ਇਹਦੇ ਵਿੱਚ ਆਪ ਜਿਹੜੇ ਹੋਪਫੁਲ ਆ ਕਿ ਬੱਚਿਆਂ ਦਾ ਇਹ ਜਿਹੜਾ ਨਵੰਬਰ ਇਨਟੇਕ ਬਹੁਤ ਸੋਹਣਾ ਜਾਏਗਾ ਜਾਂ ਉਹਦੇ ਬਾਅਦ ਜਨਵਰੀ ਫਰਵਰੀ ਇਨਟੇਕ ਉਹ ਬਹੁਤ ਸੋਹਣਾ ਜਾਏਗਾ ਜਿਸ ਸਾਹਮਣੇ ਉਹ ਰਿਜ਼ਲਟ ਇਨਾਂ ਨੇ ਦਿੱਤੇ ਆ ਕਿਉਂਕਿ ਹਰ ਯੂ ਐਮਬੈਸੀ ਦਾ ਇੱਕ ਕੋਟਾ ਹੁੰਦਾ ਹੈ ਤੇ ਜਿਹੜਾ ਜੁਲਾਈ ਚ ਇਹਨਾਂ ਨੇ ਕੋਟਾ ਦੇਣਾ ਸੀ ਨਾ ਦਿੱਤਾ ਨਹੀਂ ਸੀ ਹੁਣ ਵੀ ਸਿਆਣੇ ਸ਼ੁਰੂ ਹੋ ਗਏ ਤੇ ਨੈਚੁਰਲ ਬੱਚਿਆਂ ਨੇ ਹੁਣ ਫਾਈਲਾਂ ਕੱਟ ਲਗਾਈਆਂ ਅੱਗੇ ਜਿਹੜੀ ਫਾਈਲਾਂ ਇੰਨੀ ਹੁਣੀ ਨਹੀਂ ਐਮਬੈਸੀ ਚ ਤੇ ਕੋਟਾ ਤੇ ਹੈ ਹੀ ਜਿੰਨਾ ਵੀਜ਼ਾ ਦੇਣਾ ਤੇ ਤੁਸੀਂ ਸਾਰੇ ਹੀ ਸਟੂਡੈਂਟਸ ਹੁਣ ਬਿਲਕੁਲ ਬਿਨਾਂ ਟੈਨਸ਼ਨ ਦੇ ਆਪਣੀ ਫਾਈਲਾਂ ਲਗਾ ਸਕਦੇ ਜੀ 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 ਬਿਲਕੁਲ ਸੋ ਆਲਰੇਡੀ ਬਹੁਤ ਚੰਗੇ ਵੀਜ਼ਾ ਲੱਗ ਰਹੇ ਨੇ ਵੀਜ਼ਾ ਰਿਜ਼ਲਟ ਪੋਜ਼ਿਟਿਵ ਆ ਰਹੇ ਨੇ ਸੋ ਸਟੂਡੈਂਟਸ ਨੂੰ ਇਸ ਟਾਈਮ ਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ ਹੈ ਪੂਰੀ ਤਿਆਰੀ ਦੇ ਨਾਲ ਅੱਗੇ ਵਧੋ ਸਹੀ ਆਪਸ਼ਨਸ ਦੇ ਨਾਲ ਅੱਗੇ ਵਧੋ ਔਰ ਸਹੀ ਗਾਈਡੈਂਸ ਦੇ ਨਾਲ ਅੱਗੇ ਵਧੋ ਔਰ ਮੈਂ ਜਿਵੇਂ ਕਿ ਪਹਿਲਾਂ ਵੀ ਗੱਲ ਕੀਤੀ ਨੈਵੀਗੇਟਰਸ ਓਵਰਸੀਜ਼ ਵੀਨਾ ਗੁਲ ਮੈਮ ਜੋ ਕਿ ਤਕਰੀਬਨ 28 ਸਾਲਾਂ ਤੋਂ ਸਟੂਡੈਂਟ ਨੂੰ ਗਾਈਡ ਕਰਦੇ ਆ ਰਹੇ ਨੇ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਆਪਸ਼ਨ ਦੇ ਨਾਲ ਫਾਈਲ ਦੇ ਉੱਪਰ ਕੰਮ ਕੀਤਾ ਜਾਂਦਾ ਹੈ ਜਿਸ ਦੇ ਨਾਲ ਵੀਜ਼ਾ ਚਾਂਸਸ ਤੁਹਾਡੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਉਸ ザ रिसेंटली ऑस्ट्रेलिया ਦੇ ਲੱਗ ਕੇ ਆ ਵੀ ਰਹੇ ਨੇ ਸਟੂਡੈਂਟਸ ਨੇ ਸੋ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋਣਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਇਹ ਨੰਬਰ ডিসਪਲੇਸ ਉਪਰ ਕਾਲ ਕਰੋ ਪੂਰੀ ਜਾਣਕਾਰੀ ਲੋ ਔਰ मैम ਨੂੰ ਅਗਰ ਮਿਲਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਆਫਿਸ ਤੁਸੀਂ ਜ਼ਰੂਰ ਵਿਜ਼ਿਟ ਕਰੋ ਆਪਣੇ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ ਟਾਈਮਲੀ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਤੁਸੀਂ ਫਟਾਫਟ ਅਪਲਾਈ ਵੀ ਜ਼ਰੂਰ ਕਰ ਸਕੋ ਬਹੁਤ ਬਹੁਤ ਥੈਂਕਸ मैम ਇਹ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅਗੋ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹ